ਸੱਕੇ ਸ਼ਾਂਤੀ ਦੇ ਨਾਲ ਬੈਠੀ ਬੈਠੋ ਵੀਰ ਬੈਠੋ, ਕੋਈ ਗੱਲ ਨੀ। ਅਗਰ ਗਰਮੀਆਂ ਦਾ ਪ੍ਰਬੰਧ ਨਹੀਂ ਹੈਗਾ ਤਾਂ ਆਪਾਂ ਖੇਤਾਂ ਦੀਆਂ ਬੱਸਾਂ ਤੇ ਰੋਲਣ ਵਾਲੇ ਆਪਾਂ ਸੜਕ ਤੇ ਵੀ ਬੈਠ ਜਾਂਗੇ, ਕੋਈ ਗੱਲ ਨੀ। ਸਾਰੇ ਬੈਠੇ ਆ, ਆ ਜਿਹੜੇ ਮੇਰੇ ਨਾਲ ਭਰਾ ਖੜੇ, ਮੈਨੂੰ ਨੂੰ ਬੇਨਤੀ ਕਰਦਾ ਵੀ ਆਪਾਂ ਵੀ ਬਹਿ ਜਾਈਏ, ਬੈਠ ਜਾਓ ਸਾਰੇ ਮਿਲ ਕੇ। ਪ੍ਰੈਸ਼ਰ ਬਣਾ ਰਹੇ ਆ, ਆਪਾਂ ਸ਼ਾਂਤੀ ਦੇ ਨਾਲ ਬੈਠ ਕੇ ਆਪਾਂ ਵੇਟ ਕਰਦੇ। ਇਹਨਾਂ ਨੇ ਆਪਾਂ ਨੂੰ 15-20 ਮਿੰਟਾਂ ਦਾ ਕਿਹਾ ਕਿ 15-20 ਮਿੰਟਾਂ ਦੇ ਵਿੱਚ ਪਰਚਾ ਦਰਜ ਕਰਦੇ। ਅਗਰ ਇਹ 20 ਮਿੰਟਾਂ ਦੇ ਵਿੱਚ ਵਿੱਚ ਪਰਚਾ ਦਰਜ ਨਹੀਂ ਕਰਦੇ ਤਾਂ ਆਪਾਂ ਇੱਥੋਂ SP ਆਫਿਸ ਵੀ ਚੱਲਾਂਗੇ, ਤੇ ਉਸ ਤੋਂ ਬਾਅਦ ਸਾਰੇ ਸਾਥੀਆਂ ਨੂੰ ਆਪਾਂ ਮੈਸੇਜ ਵੀ ਲਾ ਦੇਣਗੇ, ਫਿਰ ਚਾਹੇ ਰੋਲਾਂ ਜਾਮ ਕਰਨੀਆਂ ਪਏ। ਇਸ ਤਰ੍ਹਾਂ ਜੀ, ਅਸੀਂ ਤਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਨਾ ਉੱਥੇ ਟੋਲ ਪਲਾਜ਼ਾ 'ਤੇ ਅਸੀਂ ਆਪਦਾ ਧਰਨਾ ਦੇ ਰਹੇ ਸੀ, ਜਿਵੇਂ ਕਿ 25-26-27 ਦਾ ਸਾਨੂੰ ਨੈਸ਼ਨਲ ਸੰਗਠਨ ਦਾ ਪਰਚੀ ਮੁਕਤ ਦਾ ਆਦੇਸ਼ ਸੀਗਾ। ਠੀਕ ਹੈ ਜੀ, ਸਾਡੇ ਕੁਝ ਸਾਥੀ ਇੱਥੇ 29 ਨੰਬਰ ਵਾਰਡ ਦੇ ਵਿੱਚ ਇੱਕ ਉਪ ਚੁਣਾਵ ਹੋ ਰਿਹਾ, ਉੱਥੋਂ ਸਾਡੇ ਸਾਥੀ ਇੱਕ ਟੀਮ ਆਈ ਸੀ ਜਿਵੇਂ ਕਿ ਅਸੀਂ ਵਿਰੋਧ ਕਰਦੇ ਹਾਂ ਇਹਨਾਂ ਦੇ ਨੁਮਾਇੰਦਿਆਂ ਦਾ। ਉੱਥੇ ਕੀ ਹੈ, ਇਹਨਾਂ ਦੇ ਕੁਝ ਮਾੜੀ ਸੋਚ ਦੇ ਮਾਲਕ ਲੋਕ, ਜਿਹੜੇ ਸਰਕਾਰ ਦੇ ਨੁਮਾਇੰਦੇ ਅਤੇ ਉਹਨਾਂ ਦੇ ਲੋਕ, ਉਹਨਾਂ ਨੇ ਸਾਡੇ ਕਿਸਾਨੀ ਦੇ ਝੰਡੇ ਨੂੰ ਹੱਥ ਪਾਇਆ, ਅਤੇ ਉਹ ਜਿਹੜਾ ਝੰਡੇ 'ਚ ਸਾਡਾ ਡੰਡਾ ਸੀਗਾ, ਇਹਨਾਂ ਨੇ ਸਾਡੇ ਗੱਡੀਆਂ ਦੇ ਉੱਤੇ ਉਹ ਡੰਡੇ ਮਾਰੇ ਆ। ਉਸ ਤੋਂ ਬਾਅਦ ਕੀ ਹੋਇਆ, ਭਗਦੜ ਮੱਚ ਗਈ। ਇਹ ਸਾਡੇ ਸਾਥੀਆਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਝੰਡੇ ਨੂੰ ਕਿਉਂ ਹੱਥ ਪਾਇਆ, ਵੀ ਉਹ ਜਿਹੜੇ ਉੱਥੇ ਜਿਵੇਂ ਕਿ ਸਾਨੂੰ ਪਤਾ ਲੱਗਿਆ ਵੀ ਆਦਿਤਿਆ ਚੌਟਾਲਾ ਦੇ ਬੰਦੇ ਸੀਗੇ ਜਾਂ ਹੋਰ ਸਰਕਾਰ ਦੇ ਜਿਹੜੇ ਇਹਨਾਂ ਦੇ ਨੁਮਾਇੰਦੇ ਆ, ਖੁਦ ਸੀ ਆਦਿਤਿਆ ਚੌਟਾਲਾ, ਖੁਦ ਸੀ। ਠੀਕ ਹੈ ਜੀ, ਮਤਲਬ ਕਹਿਣ ਦਾ ਇਹ ਹੈ ਵੀ ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ। ਅਗਰ ਮੰਨ ਲਓ ਸਰਕਾਰ ਸਾਡੇ ਕਿਸਾਨ ਦੇ ਕਿਸੇ ਵੀ ਬੰਦੇ ਨੇ ਕੋਈ ਹਰਕਤ ਕੀਤੀ ਹੁੰਦੀ ਤਾਂ ਇਹਨਾਂ ਨੇ ਇੱਕ ਅੱਧੇ ਬੰਦੇ ਦਾ 22 ਨੇਮ ਅਤੇ ਬਾਕੀ ਅਨਨੇਮ 'ਤੇ ਇਹਨਾਂ ਨੇ ਪਰਚੇ ਦਰਜ ਕਰ ਦੇਣੇ ਸੀ। ਸਾਡੀ ਇੱਕੋ ਹੀ ਮੰਗ ਹੈ ਵੀ ਉਹਨਾਂ ਬੰਦਿਆਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਅਤੇ ਸਾਨੂੰ FIR ਦੀ ਕਾਪੀ ਮਿਲਣੀ ਚਾਹੀਦੀ ਹੈ, ਅਸੀਂ ਫਿਰ ਹੀ ਇੱਥੋਂ ਉੱਠਾਂਗੇ, ਨਹੀਂ ਤਾਂ ਅਸੀਂ ਇੱਥੇ ਬੈਠੇ ਹਾਂ ਰਾਤ ਵੀ ਇੱਥੇ ਰਹਾਂਗੇ ਜਿੰਨਾ ਚਿਰ FIR ਦੀ ਕਾਪੀ ਸਾਨੂੰ ਨਹੀਂ ਮਿਲਦੀ। ਇੱਕ ਮਿੰਟ ਜੀ, ਦੋਗਲਾ ਕਾਨੂੰਨ ਹੈ ਜਿਹਦਾ ਅਸੀਂ ਜਾਂਦੇ ਹਾਂ, ਸਾਡੇ ਤਾਂ ਮਿੰਟੋ ਮਿੰਟ ਪਰਚਾ ਦਰਜ ਕਰਦੇ ਹੈ। ਅੰਬਾਲਾ 'ਚ 307 ਦਾ ਪਰਚਾ ਦਰਜ ਕੀਤਾ, ਠੀਕ ਹੈ, ਹੁਣ ਇਹਨਾਂ ਦੇ ਦਰਜ ਕਿਉਂ ਨਹੀਂ ਕਰਦੇ? ਸਾਡਾ ਚਿੱਟਾ ਵਾਲੇ ਡਾਂਗਾ ਮਾਰੀਆਂ, ਹੁਣ ਕਹਿੰਦੇ ਇਨਕੁਆਇਰੀ ਕਰਾਂਗੇ। ਇਹ ਦੋਗਲਾ ਕਾਨੂੰਨ ਹੈ, ਇਹ ਹਮੇਸ਼ਾ ਸਾਡੇ ਖਿਲਾਫ ਹੈ, ਪਰ ਅਸੀਂ ਟੋਲ ਪਲਾਜ਼ੇ 'ਤੇ ਬੈਠ ਅਸੀਂ ਇੱਥੇ ਬਹਿ ਜਾਂਗੇ, ਉੱਥੇ ਲੰਗਰ ਇੱਥੇ ਲਾ ਦਿਆਂਗੇ, ਪਰ ਜਿੰਨਾ ਚਿਰ ਇਹਨਾਂ ਦੀ ਅੱਖ ਦੇ ਮੋਢੇ ਫੜ ਕੇ ਰੱਖਾਂਗੇ, ਜਿੰਨਾ ਕੱਢਿਆ ਕਰਾਂਗੇ, ਪਰਚਾ ਖੜਾ ਕੇ ਜਾਵਾਂਗੇ।